ਵੈਸ ਟਿੱਪਣੀ ਵੇਖ ਲੈ ਕਿੱਥੇ ਦਿੱਤੀ ਇਹਨੇ, ਮੇਰੇ ਪੈਰ ਕੱਟ ਜਾਣਗੇ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਚੈਨਲ। ਅੱਜ ਫਿਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਅਤੇ ਆਪਾਂ ਰਲ ਕੇ ਕਰਦੇ ਹਾਂ ਵਲੌਗ ਸ਼ੁਰੂ। ਆਪਾਂ ਅੱਜ ਫ੍ਰੀ ਸੀ ਸਾਰਾ ਦਿਨ, ਅੱਜ ਫੰਕਸ਼ਨ ਹੈ ਨਹੀਂ ਕੋਈ, ਅਤੇ ਲੇਟ ਉੱਠੇ ਅਤੇ ਹੁਣ ਆਰਾਮ ਨਾਲ ਬੈਠੇ ਹਾਂ, ਧੁੱਪਾਂ ਸੇਕ ਕੇ ਲਈਆਂ, ਅਤੇ ਅੱਜ ਦੇਖਦੇ ਹਾਂ ਦਿਨ 'ਚ ਕੀ ਬਣਦਾ ਅਤੇ ਦਿਖਾਉਂਦੇ ਹਾਂ ਤੁਹਾਨੂੰ ਵੀ। ਇੰਨੇ ਦਿਨਾਂ 'ਚ ਸਾਨੂੰ ਇੱਕ ਕੰਮ ਮਿਲਿਆ ਸੀਗਾ ਵੀ ਅਸੀਂ ਆਹ ਗੱਡੀ ਦੀ ਸਟਿੱਪਣੀ ਨਹੀਂ ਹੈਗੀ ਸੀ, ਚੇਂਜ ਕੀਤੀ ਸੀ ਅਤੇ ਲਾਉਣ ਵਾਲੀ ਸੀ, ਇਹ ਲਾ ਰਹੇ ਸੀ ਸਾਰੇ ਜਣੇ ਇਕੱਠੇ ਹੋ ਕੇ, ਅਤੇ ਅਸੀਂ ਇੱਕ ਜਣਾ ਕੰਮ ਕਰ ਰਿਹਾ, ਸਾਰੇ ਅਸੀਂ ਦੇਖ ਰਹੇ ਹਾਂ। ਵੈਸੇ ਟਿੱਪਣੀ ਵੇਖ ਲੈ ਕਿੱਥੇ ਦਿੱਤੀ ਇਹਨਾਂ ਨੇ, ਹਨਾ। ਹਾਂ ਉਹ ਵਿੱਚ ਟਾਈਟ ਕਰ, ਸੰਗਲੇ ਨੂੰ ਟਾਈਟ ਕਰ ਦਿੰਦਾ ਨਾ। ਇਹ ਵੀ ਵੈਸੇ ਡਿੱਗੀ ਏਡੀ, ਇਹਨਾਂ ਨੇ ਵਿੱਚ ਦੇਣੀ ਚਾਹੀਦਾ ਟਾਇਰ, ਹਨਾ। ਨਿਕਲ ਗਿਆ ਤੇਰਾ ਪਾਨਾ, ਨਿਕਲ ਗਿਆ ਪਾਨਾ, ਅੱਗੇ ਪਾ ਇਹ ਹੁਣ ਪਿਆ ਨਾ। ਹਾਂ ਚੱਲ ਨਹੀਂ, ਸੰਗਲ ਨੀ ਸਹੀ, ਤੇਰਾ ਟਾਇਰ ਤੇ ਟੇਢਾ ਜਾਂਦਾ ਹੈ। ਹਾਂਜੀ, ਗੁੱਡ ਮਾਰਨਿੰਗ ਗਾਈਸ, ਅੱਜ ਫਿਰ ਆਪਾਂ ਵਲੌਗ ਨੂੰ ਕਰਦੇ ਹਾਂ ਕੰਟੀਨਿਊਸ, ਅਤੇ ਅੱਜ ਆਪਾਂ ਚੱਲੇ ਹਾਂ ਘਰ। ਕੱਲ੍ਹ ਆਪਾਂ ਸਾਰਾ ਦਿਨ ਗੱਲਾਂ ਬਾਤਾਂ ਮਾਰੀਆਂ, ਅਤੇ ਪੈਲੀ 'ਤੇ ਗਏ, ਫਿਲਮ ਦੇਖੀ, ਸਾਰਾ ਕੁਛ ਇਹੀ ਕੀਤਾ, ਅਤੇ ਸ਼ਾਮ ਹੋ ਗਈ, ਫਿਲਮ ਦੇਖਦਿਆਂ, ਅਤੇ ਅੱਜ ਆਪਾਂ ਥੋੜ੍ਹੇ ਰਿਸ਼ਤੇਦਾਰ ਆਏ ਸੀ, ਉਹਨਾਂ ਨੂੰ ਅਟੈਂਡ ਕਰਿਆ, ਅਤੇ ਹੁਣ ਚੱਲੇ ਆਪਾਂ ਵਾਪਸ ਪਿੰਡ ਨੂੰ, ਅਤੇ ਮਿਲਦੇ ਹਾਂ ਫਿਰ ਬਾਅਦ 'ਚ, ਸਮਾਨ ਸਮੂਨ ਰੱਖ ਲਈਏ। ਹੋਰ ਕਿਉਂ ਲੇਟ ਹੈ, ਡਿੱਗੀ ਬੰਦ ਕਰਦੇ, ਆਈਸ ਕੂਲਰ ਲੈ ਜਾਏਂਗੇ। ਮੇਰੇ ਪੈਰ ਕੱਟ ਜਾਣਗੇ। ਡੌਗੀ ਸੀ ਇੱਕ ਇੱਥੇ, ਹੈ ਡੌਗੀ ਸੀ ਇੱਥੇ, ਡੌਗੀ ਕਹਾਂ ਪਿਆ, ਕਰਦੇ ਕਰਦੇ ਜਾਂ ਵੀ ਕਰਦੇ 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 ਕਰਦੇ, ਵੈਸੇ ਵੀ ਕੌਣ ਸਭ ਤੋਂ ਸਾਫ ਕਰਦਾ, ਨਹੀਂ ਆਈ ਬੋਟੀ ਪੂਰਾ ਸਾਥ ਦਿੰਦਾ, ਛੋਟਾ ਆ ਜਾ ਵੀਨੇ ਭਾਅ, ਖੜਾ ਹੋ ਜਾ, ਪੂਰੇ ਪੰਗੇ ਲੈਂਦਾ, ਬਸ ਸਮਰ ਉੱਠ ਜਾ ਹੁਣ, ਇੰਜ ਨਾ ਕਰੋ। ਜੀ ਇੰਨੇ ਦਿਨਾਂ ਬਾਅਦ ਅੱਜ ਆਪਾਂ ਚੱਲ ਪਏ ਤੇ ਘਰ ਜਾ ਕੇ ਨਹਾਵਾਂਗੇ, ਤੇ ਜਿਵੇਂ ਬੈਠੇ ਸੀ ਉਵੇਂ ਚੱਲ ਪਏ ਸਾਰੇ, ਅੱਜ ਗਏ ਨੇ ਰਾਤ, ਕੂਵਰ ਨੇ ਰੱਖ ਲਿਆ ਧੱਕੇ ਨਾਲ, ਸਮਰ ਨਾਲ ਕਹਿੰਦਾ ਖੇਡਣਾ ਮੈਂ, ਤੇ ਹੁਣ ਚੱਲੇ ਆਪਾਂ ਸਵੇਰੇ, ਤੇ ਬਾਕੀ ਮਿਲਦੇ ਹਾਂ ਆਪਾਂ ਹੁਣ ਅੱਜ ਪਿੰਡ ਹੀ।
ਪਹੁੰਚ ਗਏ ਜੀ ਆਪਾਂ ਹੋਮ ਸਵੀਟ ਹੋਮ। ਚੱਲ ਸਮਰ ਸ਼ੇਰੂ ਆ ਗਿਆ, ਦੇਖੋ ਗੇਟ ਖੋਲਣ ਲੱਗੇ। ਆਦੇ ਆਦੇ ਸ਼ੇਰੂ ਕੀ ਕਰਦਾ, ਡੈਡੀ ਦੀ ਮੰਜੀ ਵੀ ਬਰਾ ਕਰਨੀ ਪੈਣੀ ਹੈ ਕੁਰਸੀ। ਦੇਖੀ ਦੇਖੀ ਸਨ ਸ਼ੇਰ ਨਿਕੋ, ਕਿੰਨਾ ਪਤਾ ਹੁੰਦਾ ਹੈ। ਹਾਂ ਹਾਂ ਹਾਂ, ਮੈਂ ਉਤਰਿਆ ਕਿ ਹਾਂ ਹਾਂ ਕਿਵੇਂ ਕਰਦਾ ਹੈ ਮੰਜੀ। ਡੈਡੀ ਦੀ ਕੁਰਸੀ ਲੰਘ ਜਾਏਗੀ ਗੱਡੀ। ਠੀਕ ਹੋ? ਉਹ ਲੱਸੀ ਨਾਲ ਡੋਲ ਦੇ। ਚੇਰੂ ਖੁਸ਼ਮਨ ਨੂੰ ਚੇਰੂ ਬਸ 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 ਸਾਰਿਆਂ ਨੂੰ ਮਿਲਣ ਡਿਆ ਸਾਰਿਆਂ ਨੂੰ। ਬਸ 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 ਇੰਨੇ ਦਿਨਾਂ ਬਾਅਦ ਆਪਾਂ ਪਿੰਡ ਆਏ ਸੀਗੇ। ਪਿੰਡ ਪਹਿਲਾਂ ਆ ਕੇ ਤਾਂ ਤੁਹਾਨੂੰ ਪਤਾ ਘਰ ਸੁਸਤੀ ਪੈ ਜਾਂਦੀ, ਦਿਲ ਨਹੀਂ ਲੱਗਦਾ ਕਿਉਂਕਿ ਇੰਨੇ ਦਿਨ ਆਪਾਂ ਸਾਰੇ ਭਰਾ ਇਕੱਠੇ ਰਹੇ ਹੁੰਦੇ ਹਾਂ, ਹੈ ਨਾ। ਅਤੇ ਦਿਲ ਕਰਦਾ ਸੀ ਵੀ ਨਾ ਆਵੇ, ਪਰ ਆਪਾਂ ਨੂੰ ਘਰ ਤਾਂ ਆਉਣਾ ਹੀ ਪੈਣਾ ਇੱਕ ਦਿਨ। ਅਤੇ ਬੱਚਿਆਂ ਦਾ ਵੀ ਇਹ ਦਿਲ ਸੀ ਵੀ ਰਹੀਏ ਹਜੇ, ਹੈ ਨਾ। ਅਤੇ ਹੁਣ ਆਪਾਂ ਖੇਤ ਆਏ ਹਾਂ, ਕੰਮ ਕਾਰ ਦੇਖਦੇ ਹਾਂ, ਫਸਲ ਬਾੜੀ ਦੇਖਦੇ ਹਾਂ ਆਪਣੀ ਕਿੱਦਾਂ ਦੀ ਆ। ਸਾਰੇ ਕੰਮਾਂ 'ਤੇ ਉਵੇਂ ਹੀ ਲੱਗਣਾ ਪੈਣਾ ਦੁਬਾਰਾ, ਹੈ ਨਾ। ਚਲੋ ਵਿਆਹ ਢੰਗ ਬਣੇ ਆ, ਜਿੰਨੇ ਦਿਨਾਂ ਦਾ ਹੈਗਾ ਸੀ ਆਪਾਂ ਰਹਿ ਕੇ ਆਏ ਹਾਂ, ਅਤੇ ਇੱਕ ਅੱਧਾ ਦਿਨ ਫਾਲਤੂ ਹੀ ਰਹਿ ਕੇ ਆਏ ਹਾਂ। ਅਤੇ ਹੁਣ ਦੇਖਦੇ ਹਾਂ ਫਸਲ ਬਾੜੀ, ਆਪਾਂ ਕਣਕ 'ਚ ਗੇੜਾ ਮਾਰਦੇ ਹਾਂ। ਇਹ ਹੈਗੀ ਆਪਣੀ ਕਣਕ, ਕਣਕ ਵਧੀਆ ਠੀਕ ਹੈ। ਬਸ ਹੁਣ ਖਾਦ ਮਰਵਾ ਦਾਂਗੇ ਆਪਾਂ ਇੱਕ ਵਾਰੀ, ਕਿਤੇ ਕਿਤੇ ਪੀਲੀ ਜਿਹੀ ਦਿਸ ਰਹੀ ਹੈ, ਹੈ ਨਾ। ਉਹ ਪਾਣੀ ਪੂਣੀ ਖੜ੍ਹ ਜਾਂਦਾ ਨਾ ਕਈ ਜਗ੍ਹਾ 'ਤੇ, ਉੱਥੇ ਹੋ ਜਾਂਦੀ ਹੈ। ਅਤੇ ਬਾਕੀ ਠੀਕ ਹੈ ਸਾਰੀ ਫਸਲ। ਉੱਧਰ ਹਜੇ ਆਪਣੀ ਪਾਣੀ ਲਾਉਣ ਵਾਲਾ ਵੀ ਰਹਿੰਦਾ ਹਜੇ ਤਾਂ। ਹਾਂਜੀ, ਖੇਤੋਂ ਆਪਾਂ ਘਰ ਆ ਗਏ ਅਤੇ ਇਕੱਲਾ ਇਕੱਲਾ ਬਣ ਜਾ ਮਹਿਸੂਸ ਹੋ ਰਿਹਾ ਨਾ। ਅਤੇ ਆਪਾਂ ਸਮਰ ਉਹਨਾਂ ਨੂੰ ਵੀ ਪੁੱਛਦੇ ਹਾਂ ਵੀ ਕਿਵੇਂ ਲੱਗਦਾ, ਹੈ ਨਾ। ਲਕਸ਼ਮਣ ਜੀ, ਨਾਨਕਿਓਂ ਆ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ? ਪਹਿਲਾਂ ਤਾਂ ਠੀਕ ਲੱਗ ਰਿਹਾ ਸੀ, ਹੁਣ ਥੋੜ੍ਹਾ ਥੋੜ੍ਹਾ ਐਂ ਹੁੰਦਾ ਵੀ ਜਿਵੇਂ ਹੁਣ ਇਸ ਟਾਈਮ ਵੀ ਸਾਰੇ ਆ ਬਹਿ ਕੇ ਗੱਲਾਂ ਕਰਦੇ ਹੁੰਦੇ, ਹੈ ਨਾ, ਜਿਵੇਂ ਮਾਸੀ ਇਕੱਠੇ ਬਹਿ ਕੇ। ਫਿਰ ਐਂ ਜਿਹਾ ਹੁੰਦਾ ਵੀ ਚੱਲ ਹੁਣ ਅੱਜ ਕੋਈ ਟੌਪਿਕ ਨਹੀਂ ਹੈਗਾ ਵੀ ਰਹਿ ਜਾਂਦੇ ਹੈ। ਹਾਂ, ਉਹ ਤਾਂ ਚਲੋ ਇੱਕ ਅੱਧਾ ਦਿਨ ਤਾਂ ਹੋਊਗਾ ਹੀ, ਆਉਣਾ ਹੀ ਪੈਣਾ ਹੈ ਘਰ ਤਾਂ, ਸਕੂਲ ਜਾਣਾ ਹੈ ਨਾ। ਤੇ ਦੇਖ ਲੈ ਜਿਹੜੇ ਬਾਹਰ ਜਾਂਦੇ ਨੇ ਬੱਚੇ ਕਿਵੇਂ ਰਹਿਣਾ ਪੈਂਦਾ ਨਾ। ਇੱਥੇ ਤਾਂ ਹੁੰਦਾ ਵੀ ਚੱਲ ਫਿਰ ਵੀ ਕੁਛ ਹੈਗੇ ਕੋਲ, ਹੈ ਨਾ, ਉੱਥੇ ਤਾਂ ਇਕੱਲਾ ਪਾਣੀ। ਤੇ ਸਮਰ ਜੀ, ਤੁਸੀਂ ਜਸ਼ਨ ਜੀ ਵੀ ਆ ਗਏ, ਕਿਵੇਂ ਦਾ ਲੱਗਾ? ਫਿਰ ਚਲਾ ਜਾਊਂਗਾ ਸੰਡੇ ਨੂੰ। ਐ ਕਿਵੇਂ ਚਲਾ ਜਾਏਗਾ ਸੰਡੇ ਨੂੰ? ਛੁੱਟੀਆਂ ਨੇ। ਤੈਨੂੰ ਕਿਵੇਂ ਲੱਗ ਰਿਹਾ ਆਪਣੀਆਂ ਭੈਣਾਂ ਤੋਂ ਵਿਛੜ ਕੇ? ਦਿਲ ਲੱਗਦਾ ਪਿਆ ਅੱਜ, ਹੈ, ਦਿਲ ਹੀ ਨਹੀਂ ਲੱਗਦਾ ਘਰ। ਅੱਛਾ, ਕਿਆ ਹੋਰ ਕੀ, ਭੈਣਾਂ ਚ ਰਲੇ ਗੱਲਾਂ ਬਾਤਾਂ ਮਾਰੋ, ਹੱਸੋ, ਖੇਡੋ। ਅੱਛਾ, ਕੀ ਖੇਡਦੇ ਸੀ ਤੁਸੀਂ? ਕੀ ਖੇਡਦੇ ਸੀ? ਨਹੀਂ ਵਿਆਹ ਹੀ, ਕਦੇ ਗੱਲਾਂ ਇੱਧਰ ਦੀਆਂ ਕਦੇ ਉੱਧਰ ਦੀਆਂ, ਆਰਾਮ ਨਾਲ, ਕੋਈ ਕੰਮ ਨਹੀਂ ਕਾਰ ਨਹੀਂ, ਵਧੀਆ ਬਣੀਆਂ ਬਣਾਈਆਂ ਮਿਲ ਜਾਂਦੀਆਂ ਸੀ। ਰੋਟੀਆਂ ਕਦੇ ਨਾਨ ਲਾ ਦੋ ਜੀ, ਕਦੇ ਲਾ ਦੋ ਤੰਦੂਰੀ ਪਰੌਂਠਾ,
ਨਾ ਕੱਲਾ ਕੱਲਾ ਜਿਹਾ ਬਣ ਜਾ ਲੱਗ ਰਿਹਾ ਨਾ, ਇੰਨਿਆਂ ਚ ਦਿਨ ਦਾ ਤਾਂ ਪਤਾ ਹੀ ਨੀ ਲੱਗਦਾ ਸੀ ਕਦੋਂ ਲੰਘ ਜਾਂਦਾ ਸੀ। ਉਹ ਵੀ ਬੰਦੇ ਬੜੇ ਸ਼ਰੀਫ ਜੇ ਸੀ ਹਨਾ, ਤੇ ਹੁਣ ਆਪਾਂ ਖਾਂਦੇ ਹਾਂ ਜੀ ਆਲੂ ਮਟਰ ਤੇ ਚਾਵਲ, ਸਿੰਪਲ ਖਾਣਾ। ਵੈਸੇ ਕੱਲ ਵੀ ਕੱਲ ਨਹੀਂ ਸੀ ਸਿੰਪਲ, ਪਰਸੋਂ ਸਿੰਪਲ ਖਾਧਾ ਸੀ ਹਨਾ, ਅੱਜ ਸਵੇਰੇ ਵੀ ਹਾਂ ਸਿੰਪਲ ਖਾਂਦਾ ਤੇ ਅੱਜ ਖਾ ਰਿਹਾ, ਕਿਉਂਕਿ ਮਸਾਲੇ ਵਾਲੀਆਂ ਟੇਸਟੀ ਤਾਂ ਬਹੁਤ ਹੁੰਦੀਆਂ ਨੇ ਪਰ ਉਵੇਂ ਰੱਜ ਕੇ ਜੇ ਨਹੀਂ ਖਾਂਦਾ। ਹਾਂ ਉਹ ਬਸ ਫਿਰ ਐਂ ਹੁੰਦਾ ਨਾ, ਤੇ ਹੁਣ ਆਪਾਂ ਖਾ ਲਈਏ ਜੀ ਫਿਰ ਮੈਂ। ਹਾਂਜੀ ਆਪਾਂ ਰਾਤ ਦੀ ਰੋਟੀ ਖਾ ਲਈ, ਤੇ ਤੁਸੀਂ ਦੇਖਿਆ ਜੀ ਆਪਾਂ ਦੋ ਤਿੰਨ ਦਿਨਾਂ 'ਚ ਥੋੜ੍ਹਾ ਥੋੜ੍ਹਾ ਜਿਹਾ ਵਲੌਗ ਬਣਾਇਆ ਸੀ, ਜਿਹੜੇ ਫਰੀ ਦਿਨ 'ਚ ਹੁੰਦੇ ਸੀ ਕਿਉਂਕਿ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਜਾਂ ਫਿਲਮਾਂ ਦੇਖ ਲਈਆਂ ਸੀ ਇੱਕ ਦੋ ਵਧੀਆ ਸੀ, ਅਤੇ ਬਸ ਆਹ ਕੁਛ ਹੀ ਸੀਗਾ। ਅਤੇ ਆਪਾਂ ਘਰ ਆ ਗਏ ਦੇਖ ਲਿਆ ਤੁਸੀਂ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ, ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਨੈਕਸਟ ਵਲੌਗ 'ਚ, ਥੈਂਕਸ ਫੋਰ ਵਾਚਿੰਗ, ਬਾਏ ਬਾਏ।